ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਜੀ ਬਾਸਮਤੀ ਵੈਰਾਈਟੀਆਂ ਦੀ ਹਨਾ ਕਮੈਂਟਾਂ ਦੇ ਵਿੱਚ ਕਾਫੀ ਮੈਸੇਜ ਆਏ ਸੀ ਵੀ ਬਾਸਮਤੀ ਬਾਰੇ ਬਾਈ ਦੱਸੋ ਮੜਾ ਜਾ ਬਾਸਮਤੀ ਦਾ ਬਾਈ ਸਿੱਧੀ ਜੀ ਗੱਲ ਆ ਜਦੋਂ ਦੀ ਆਪਣੀ ਸੁਰਤ ਸੰਭਲੀ ਹੈ ਨਾ ਉਦੋਂ ਦਾ ਹੀ ਬਾਸਮਤੀ ਦੇਖਦੇ ਆ ਰਹੇ ਆ ਕਿਉਂਕਿ ਸ਼ੁਰੂ ਤੋਂ ਹੀ ਪਹਿਲਾਂ ਦਾਦੇ ਹੱਥ ਸੀ ਵਾਗਡੋਰ ਦਾ ਦਾਦਾ ਹੀ ਲਾਉਂਦੇ ਸੀਗੇ ਉਸ ਤੋਂ ਬਾਅਦ ਡੈਡੀ ਹੋਣੀ ਨਾਲ ਦੀ ਨਾਲ ਤੇ ਪਿਛਲੇ 2 ਕਸਾਲਾਂ ਦਾ ਮੈਂ ਵੀ ਲਾ ਰਿਹਾ ਪਰ ਪਹਿਲਾਂ ਜਿਹੜੀ ਬਾਸਮਤੀ ਲਾਉਂਦੇ ਸੀ ਉਹ ਮੁਛਲ ਲਾਉਂਦੇ ਸੀ ਜਿਹਨੂੰ 1401 ਕਹਿੰਦੇ ਆ ਹਨਾ ਉਸ ਤੋਂ ਬਾਅਦ ਪਾਣੀ ਥੋੜੀ ਥੋੜੀ ਫਰਕ ਪੈਂਦਾ ਗਿਆ ਪੈਂਦਾ ਗਿਆ ਪੈਂਦਾ ਗਿਆ ਤੇ ਬਾਸਮਤੀ 1121 ਰੌਣ ਲੱਗ ਗਏ ਹਨਾ 1121 ਹੁਣ ਤੱਕ ਹੀ ਲਗਾਤਾਰ ਹੀ ਮੈਂ ਲਾਦਾ 10-15 ਸਾਲ ਲਈ ਹੈ ਠੀਕ ਹੈ ਉਸ ਤੋਂ ਬਾਅਦ ਸੋਧਾਂ ਆ ਗਈਆਂ ਜੀ ਚਲੋ ਘਰ ਦੇ ਨਹੀਂ ਯਕੀਨ ਕਰਦੇ ਵੀ ਬਦਲੀਏ ਵੀ ਪਰ ਮੈਂ ਕੋਸ਼ਿਸ਼ ਕੀਤੀ ਪਿਛਲੇ 3-4 ਸਾਲਾਂ ਦੇ ਵਿੱਚ ਬਦਲਾ ਕਰਕੇ 17-18 ਵੀ ਲਾਈ ਜੀ ਉਸ ਤੋਂ ਬਾਅਦ 1509 ਵੀ ਲਾਈ ਜੀ 1847 ਵੀ ਲਾਈ 1692 ਵੀ ਲਾਈ ਸਾਰੀਆਂ ਵੀਡੀਓ ਚੈਨਲ ਦੇ ਉੱਤੇ ਪਿਛਲੇ ਸਾਲ ਮੈਂ ਪਾਤੀਆਂ ਸੀ ਪਰ ਜਿਹੜਾ ਕਨਕਲੂਜਨ ਕੱਢਿਆ ਤੱਤ ਕੱਢਿਆ ਵੀ ਪ੍ਰਾਣੀ ਵੈਰੈਟੀ ਵਰਗੀ ਕੋਈ ਵੈਰੈਟੀ ਨਹੀਂ ਹੈਗੀ ਸਿੱਧੀ ਜੀ ਗੱਲ ਹੈ ਜੀ ਹਨਾ ਇੱਕ ਕਿਉਂਕਿ ਜਿਹੜੀ 1121 ਜਾਂ 1509 ਆ ਨਾ ਇਹ ਸ਼ਾਹੀ ਵੈਰੈਟੀਆਂ ਨੇ ਜੇ ਲੰਬੇ ਸਮੇਂ ਦੀ ਗੱਲ ਕਰੋ ਤਾਂ 1100 1121 ਲਾ ਲਓ ਠੀਕ ਹੈ ਜਿਹੜੇ ਖੇਤਾਂ 'ਚ ਮੁਛਲ ਹੁੰਦਾ ਪਾਣੀ ਬਹੁਤ ਵਧੀਆ ਤਾਂ ਉਹ ਮੁਛਲ ਆ ਉਹ ਮੁਛਲ ਵਰਗੀ ਤਾਂ ਕੋਈ ਵੈਰੈਟੀ ਨਹੀਂ ਹੈਗੀ ਲੱਖ ਤੋਂ ਉੱਤੇ ਟੱਪ ਜਾਂਦਾ ਪਰ ਸਭ ਤੋਂ ਵੱਧ ਬਿਮਾਰੀਆਂ ਦਾ ਟੈਗ ਜਿਹੜਾ ਹੁੰਦਾ ਉਹ ਮੁੱਛਲ ਨੂੰ ਹੁੰਦਾ ਜਿਹੜੇ ਵੀਰ ਭਰਾਣ ਪਹਿਲੀ ਵਾਰੀ ਲਾਉਣਾ ਠੀਕ ਹੈ ਉਹ ਆਪ ਦਾ ਦੇਖ ਰੇਖ ਕਰਕੇ ਬਸ ਖੇਤ ਵਿੱਚ ਢੋਲੀ ਮੋਢੇ ਦੀ ਰੱਖਣੀ ਪੈਂਦੀ ਹੈ ਠੀਕ ਹੈ ਦੇਖ ਕੇ ਲਾਇਓ ਕਿੱਲਾ ਦੋ ਕਿੱਲੇ ਲਾਇਓ ਕਿਤੇ ਜ਼ਿਆਦਾ ਫਾਨਾ ਨਾ ਲੈ ਲਿਓ ਠੀਕ ਹੈ ਪਹਿਲੀ ਗੱਲ ਤਾਂ ਮੁੱਛਲ ਨਾਲ ਕੋਈ ਪੰਗੇ ਨਹੀਂ ਲੈਂਦਾ ਜਿਹੜੇ ਏਰੀਆ ਦੇ ਵਿੱਚ ਮੁੱਛਲ ਹੁੰਦਾ ਉੱਥੇ ਉਹਨਾਂ ਨੂੰ ਪੂਰਾ ਭੇਜਤਾ ਤੇ ਉਹ ਲਾਉਂਦੇ ਨੇ ਜੱਜ ਕੇ ਲਾਉਂਦੇ ਨੇ ਜਮਾ ਤੇ ਉਸ ਤੋਂ ਬਾਅਦ ਗੱਲ ਕਰੀਏ 11 21 ਦੀ 11 21 ਵੀ ਵਧੀਆ ਕਿਸਮ ਜੇ ਲਾਉਣੀਆਂ ਤਾਂ ਤੁਸੀਂ ਲਾ ਸਕਦੇ ਹੋ ਠੀਕ ਹੈ ਇੱਕ ਇਹਦੀ ਸੋਧ ਆਈ ਸੀ 17 18 ਉਹ ਵੀ ਤੁਸੀਂ ਲਾ ਸਕਦੇ ਹੋ ਉਹ ਵੀ ਵਧੀਆ ਜੇ ਕਿਸੇ ਨੇ ਨਵੇਂ ਭਾਈ ਨੇ ਪੰਗਾ ਲੈਣਾ ਤਾਂ ਉਹ 17 18 ਨਾਲ ਲੈ ਲੇ ਥੋੜਾ ਜਿਹਾ ਰੇਟ ਦਾ ਫਰਕ ਹੁੰਦਾ ਪਰ ਉਹਨਾਂ ਕ ਝਾੜ ਵੱਧ ਜਾਂਦਾ ਬਿਮਾਰੀਆਂ ਘਟ ਨੇ ਠੀਕ ਹੈ ਤੇ ਡਿੱਗਦੀ ਨਹੀਂ ਤੇ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫੁੱਲ ਡਿਟੇਲ ਦੱਸ ਦੂੰਗਾ ਅੱਜ ਗੱਲ ਕਰਾਂਗੇ ਆਪਾਂ ਚਲ ਮੇਨ ਮੇਨ ਮੋਟੀ ਸਾਰੀਆਂ ਵਾਰੀ ੜਕਾ ਦੇਨੇ ਆਪਾਂ ਮੇਨ ਜਿਹੜੀ ਹੈਗੀ ਆਪਣੇ ਕੋਲੇ 11 21 ਇਹਦੇ ਵਿੱਚ ਗੱਲ ਕਰੂੰਗਾ ਮੈਂ ਤੇ 17 18 ਬਾਰੇ 11 21 ਤੇ 17 18 ਜਿਹੜੀਆਂ ਨੇ ਉਹ ਪਨੀਰੀ ਹੈ ਜਿਹੜੀ ਉਹ ਕਦੋਂ ਬੀਜੋਗੇ ਅੱਜ ਟਾਈਮ ਹੋ ਗਿਆ ਜੀ 17 ਮਈ ਹੈਨਾ 17 ਨਹੀਂ ਸੌਰੀ ਅੱਜ ਹੈਗੀ ਹੈ ਜੀ ਹਾਂ 17 ਮਈ 17 ਮਈ 2024 ਤਾਂ ਜਿਹੜੀ ਪਨੀਰੀ ਬੀਜਣੀ ਆ ਤੁਸੀਂ ਉਹ ਜਾਂ ਤਾਂ ਜੂਨ ਦੇ ਪਹਿਲੇ ਹਫਤੇ ਚ ਬੀਜ ਦੋ ਠੀਕ ਹੈ ਜਾਂ ਬਾ ਜੂਨ ਦੇ ਪਹਿਲੇ ਹਫਤੇ ਚ ਬੀਜ ਦੋ ਯਾਰ ਪਨੀਰੀ 11 21 ਦੀ ਹੋਵੇ ਚਾਹੇ 17 18 ਦੀ ਹੋਵੇ ਇਦੂ ਲੇਟ ਤੁਸੀਂ ਜਾ ਸਕਦੇ ਹੋ ਹਫਤਾ ਡੇਢ ਹਫਤਾ ਇਹ ਤੋਂ ਪਹਿਲਾਂ ਨਾ ਬੀਜੋ ਕਿਉਂਕਿ ਨਾ ਗਰਮੀ ਦੇ ਵਿੱਚ ਜਦੋਂ ਇਹ ਆਪਾਂ ਲਾ ਦਿੰਦੇ ਆ ਇਹ ਲਗਭਗ 135 40 ਦਿਨ ਲੈਂਦੀ ਹੈ ਝੋਨੇ ਜਿੰਨਾ ਟਾਈਮ ਲੈ ਜਾਂਦੀ ਹੈ ਹੈਨਾ ਪਰ ਜਦੋਂ ਇਹ ਗਰਮੀ ਦੇ ਵਿੱਚ ਨਿਸਰ ਜੇ ਉਦੋਂ ਝਾੜ ਤੇ ਬਹੁਤ ਫਰਕ ਪੈ ਜਾਂਦਾ ਇਹਦਾ ਹੈਨਾ ਇਹ ਜਦੋਂ ਰਾਤਾਂ ਜਿਹੜੀਆਂ ਦਿਨ ਛੋਟੇ ਹੋ ਜਾਣ ਰਾਤਾਂ ਵੱਡੀਆਂ ਹੋ ਜਾਣ ਉਦੋਂ ਜੇ ਨਿਸਰੇ ਤਾਂ ਉਦੋਂ ਝਾੜ ਬਹੁਤ ਵਧੀਆ ਦਿੰਦੀ ਹੈ ਸਾਡਾ ਜਿੰਨਾ ਕੁ ਤਜਰਬਾ ਠੀਕ ਹੈ ਤਾਂ ਜੂਨ ਦੇ ਜੇ ਪਹਿਲੇ ਹਫਤੇ ਤੁਸੀਂ ਪਣੀਰੀ ਬੀਜੋਗੇ ਤਾਂ ਵਧੀਆ ਰਹੋਗੇ ਠੀਕ ਹੈ ਝਾੜ ਝੂਟ ਦੋਨੋਂ ਪਤਾ ਦੋ ਕੁਇੰਟਲ ਦੋ ਕੁਇੰਟਲ ਦਾ ਫਰਕ ਪਊਗਾ 11 21 ਤੇ 17 18 ਜਿਹੜੀ ਮਰਜ਼ੀ ਲਾ ਲਓ ਉਦੋਂ ਬਾਅਦ ਜੀ ਸ਼ਾਰਟ ਟਰਮ ਵੈਰਾਈਟੀਆਂ ਜਿਹੜੀਆਂ ਹਰੇਕ ਕੋਈ ਪੰਗਾ ਲੈ ਸਕਦਾ ਤੇ ਮੈਂ ਕਹਿੰਦਾ ਜਿਹਦੇ ਕੋਲੇ 10 ਕਿੱਲੇ ਵਾਹਣ ਦੋ ਤਿੰਨ ਕਿੱल्ल्या ਦਾ ਪੰਗਾ ਲੈਣਾ ਹੀ ਚਾਹੀਦਾ ਹਰ ਹਾਲਤ ਚ ਲੈਣਾ ਚਾਹੀਦਾ ਤਿੰਨ ਵੈਰਾਈਟੀਆਂ ਨੇ ਜਿਹੜੀਆਂ 1500 ਨੂੰ 18 47 ਤੇ 16 92 ਪਹਿਲਾਂ 1509 ਆਈ ਫਿਰ 1699 ਆਈ ਫਿਰ 1847 ਆਈ ਪਿਛਲੀ ਵਾਰੀ ਬਹੁਤ ਚਰਚਾ ਚ ਰਹੀ ਮੈਂ ਵੀ ਲਾਇਆ ਸੀ ਕਿਲੇ ਦਾ ਟ੍ਰੈਲ ਹਨਾ 1699 ਵੀ ਲਾਇਆ ਤੇ 1509 ਨਹੀਂ ਪਿਛਲੀ ਵਾਰੀ ਲਾਈ ਪਰ ਸੱਟਾ ਕੀ ਕੱਢਿਆ ਮੈਂ ਐਦ ਕੀ ਜਿਹੜੀ ਲਾਉਂਗਾ 1509 ਲਾਉਂਗਾ ਕਿਉਂਕਿ ਵਪਾਰੀ ਵਰਗ ਹਨ ਜਿਹੜਾ ਇਹ ਬਾਸਮਤੀ ਮੈਂ ਅੱਗੇ ਵੀ ਗੱਲ ਕੀਤੀ ਆ ਵੀ ਐਕਸਪੋਰਟ ਦੇ ਉੱਤੇ ਡਿਪੈਂਡ ਕਰਦੀ ਹੈ ਤੇ ਰੇਟ ਆ ਜਿਹੜਾ ਉਹ 1509 ਦਾ ਜ਼ਿਆਦਾ ਹੀ ਰਿਹਾ 3400 ਰੁਪਿਆ ਵਾਜਨ ਦਾ ਤੇ ਆਪਾਂ ਝਾੜ ਨੂੰ ਕੋਈ ਸਰਚ ਮਾਰਨਾ ਜੇ ਤੁਹਾਡਾ ਰੇਟ ਹੀ ਠੁੱਡਾ ਮਾਰੀ ਗਈ ਉੱਥੇ ਮੰਡੀ ਦੇ ਵਿੱਚ ਹਨਾ ਨੋ ਡਾਊਟ ਆ ਵੀ ਤੁਹਾਡੇ ਕੋਲ ਝਾੜ ਵੱਧ ਦਿੰਦੇ ਆ ਪਰ ਨੱਕ ਮਾਰ ਕੇ ਜਿਹੜੀ ਚੀਜ਼ ਲੈਣਗੇ ਵਪਾਰੀ ਉਹ ਯਾਰ ਕਿਵੇਂ ਵੇਚ ਲਾਉਗੇ ਹਨਾ ਆਪਾਂ ਸਿੱਧੀ ਜੀ ਗੱਲ ਆ ਆਪਣਾ ਤਾਂ ਨਹੀਂ ਰੂਹ ਮੰਦੀ ਤਾਂ 11 21 ਦੇ 2 ਕਿੱਲੇ ਲਾਉਣੇ ਆ ਮੈਂ ਤੇ 2 ਕਿੱਲੇ ਹੀ 1500 ਨਾਲ ਲਾਉਂਗਾ ਇਹ ਵੈਰਾਈਟੀਆਂ ਨੇ ਜਿਹੜੀਆਂ ਤੁਸੀਂ ਇਹਦੀ ਪਨੀਰੀ ਹੀ ਆ ਜਿਹੜੀ ਇਹ ਜਵਾਂ ਜੂਨ ਦੇ ਐਂਡ ਤੇ ਬੀਜਣੀ ਆ ਬਸ 20 ਦਿਨ ਜਿਵੇਂ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਤੁਸੀਂ 11 21 ਤੇ ਜੇ 17 18 ਲਾਉਣੀ ਹੈ ਠੀਕ ਹੈ ਜੇ ਤੁਸੀਂ 1509 1699 ਜਾਂ 1847 ਲਾਉਣੀ ਹੈ ਤਾਂ ਜੂਨ ਦੇ ਐਂਡ ਹਫਤੇ ਅਖੀਰਲੇ ਹਫਤੇ 'ਚ ਪੜੀ ਰਹੀ ਬੀਜੋ ਕਿਉਂਕਿ ਇਹ ਸਾਰੀਆਂ ਵੈਰਾਈਟੀਆਂ ਕੋਈ 110 ਦਿਨ ਲੈਂਦੀ ਹੈ ਕੋਈ 115 120 ਦਿਨ ਠੀਕ ਹੈ ਇੰਨੇ ਦਿਨਾਂ 'ਚ ਖਤਮ ਹੋ ਜਾਂਦਾ ਕੰਮ ਇਹਨਾਂ ਦਾ ਤੇ ਆਪਦਾ ਫੰਗੀ ਸਾਈਡ ਬੀਜ ਨੂੰ ਜ਼ਰੂਰ ਸੋਧਦੇ ਹੋ ਇਹਦੇ ਬਾਰੇ ਮੈਂ ਵੀਡੀਓ ਵੀ ਪਾਈ ਆ ਦੋ ਵਸ ਜ਼ਿਆਦਾ ਸਪ੍ਰਿੰਟ ਲਾ ਲਿਓ ਜਾਂ ਵਾਈਬ੍ਰੈਂਸ ਲਾ ਲਿਓ ਇੱਕ ਦੂਤੇ ਕੋਈ ਨਹੀਂ ਹੈਗਾ ਠੀਕ ਹੈ ਇਹਦੀ ਵੀਡੀਓ ਪਾਈ ਹੋਈ ਆ ਤੁਸੀਂ ਚੈੱਕ ਕਰ ਲਿਓ ਕੱਲ ਪਰਸੋਂ ਹੀ ਪਾਈ ਸੀ ਹਨਾ ਬੀਜ ਨੂੰ ਜ਼ਰੂਰ ਸੋਧਨਾ ਝੋਨੇ ਦਾ ਅੰਗੋਲਾ ਕਰ ਸਕਦੇ ਹੋ ਫਿਰ ਮੁੜ ਕੇ ਝੰਡੇ ਨਿਕਲ ਆਉਣਗੇ ਫਿਰ ਹਨਾ ਬੀ ਦਾ ਉਪਚਾਰ ਕਰਨਾ ਬਹੁਤ ਜ਼ਰੂਰੀ ਆ ਬਾਸਮਤੀ ਦਾ ਤੇ ਕਰ ਰੇ ਰੇ ਤੇ ਬਹੁਤ ਜ਼ਰੂਰੀ ਆ ਜਿਹੜੀ 11 21 ਆ ਜਾਂ 17 18 ਉਨੂੰ ਆਪਾਂ ਘੱਟੋ-ਘੱਟ ਇੱਕ ਗੱਟਾ ਵੱਧੋ-ਵੱਧ 2 ਗੱਟੇ 2 ਗੱਟਿਆਂ ਤੋਂ ਤਾਂ ਵਧਾਉਣੀ ਹੀ ਨਹੀਂ ਬਸ ਤੁਸੀਂ ਕਾਂਟਾ ਹੀ ਮਾਰ ਦੋ ਵੀ 2 ਗੱਟਿਆਂ ਤੋਂ ਵੱਧ ਤਾਂ ਪਾਉਣੀ ਹੀ ਨਹੀਂ ਠੀਕ ਹੈ ਡਿੱਗ ਜੂਗੀ ਤੇ ਜੇ ਛੋਟੀਆਂ ਵੈਰੈਟੀਆਂ ਦੀ ਗੱਲ ਕਰਾਂ ਤਾਂ ਘੱਟ ਤੋਂ ਘੱਟ 2 ਗੱਟੇ ਵੱਧ ਤੋਂ ਵੱਧ 3 ਗੱਟੇ ਹੈਨਾ ਜਿਨ੍ਹਾਂ ਦਾ ਵਾਣ ਜ਼ਿਆਦਾ ਤੇ ਲੱਗਿਆ ਹੋਇਆ ਉਹ 4 ਗੱਟੇ ਪਾ ਸਕਦੇ ਐ ਕੋਈ ਚੱਕਰ ਨਹੀਂ ਪਰ ਵੱਧ ਤੋਂ ਵੱਧ ਤਿੰਨ ਗੱਟੇ ਸ਼ਾਰਟ ਟਰਮ ਦੀ ਵੈਰਾਈਟੀ ਲਈ ਹਨਾ ਮੁੜ ਕੇ ਕੱਦ ਭਾਏ ਨਾ ਕੋਠੇ ਜਿੱਡੇ ਹੋ ਜਾਂਦੇ ਨੇ ਉਹਨਾਂ ਨੇ ਮੁੜ ਕੇ ਡਿੱਗ ਜਾਂਦੀਆਂ ਉਹਨਾਂ ਝਾੜ ਨਹੀਂ ਦਿੰਦੀਆਂ ਜੋ ਜਿੰਨਾ ਨੁਕਸਾਨ ਕਰਾ ਲੈਂਦੇ ਹੋ ਪੰਜ ਸੱਤ ਦਿਨ ਵੈਸੀ ਉਹ ਲੇਟ ਪੱਕਦੀ ਹੈ ਬਿਮਾਰੀਆਂ ਵੀ ਜ਼ਿਆਦਾ ਪੈਂਦੀਆਂ ਫੰਗਸ ਵੀ ਜ਼ਿਆਦਾ ਪੈਂਦੀ ਹੈ ਹਨਾ ਗੱਲ ਕਰੀਏ ਬਿਮਾਰੀਆਂ ਦੀ ਤਾਂ ਬਲਾਸਟ ਰੋਗ ਇਹਨਾਂ ਦੇ ਵਿੱਚ ਜ਼ਿਆਦਾ ਪੈਂਦਾ ਹੀ ਪੈਂਦਾ ਹਨਾ ਜਿੰਨੇ ਵੀ ਬਲਾਸਟ ਨੇ ਤਾਂ ਤੁਸੀਂ ਮੌਕੇ ਦੇ ਉੱਤੇ ਦੋ ਜਿਹੜੀਆਂ ਛੂਟੀਆਂ ਵੈਰਾਈਟੀਆਂ ਨੇ 1699 1847 ਜਾਂ 1500 ਨੂੰ ਤਗੜੇ ਜੇ ਮਹਿੰਗੇ ਜੇ ਦੋ ਫੰਗੀ ਸਾਈਡ ਕਰ ਦੋ ਬਸ ਲੋੜ ਨਹੀਂ ਠੀਕ ਹੈ ਉਦੋਂ ਬਾਅਦ ਝਾਕਨ ਦੀ ਲੋੜ ਨਹੀਂ ਕਿਉਂਕਿ ਜਨਾਜ ਹੀ ਪੱਕ ਜੂਗੇ ਇਹ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਹੜੀ ਵੈਰੈਟੀ ਤੁਸੀਂ ਲਾਓਗੇ ਬਾਕੀ ਮੈਂ ਡਿਟੇਲ ਦੇ ਵਿੱਚ ਵੀਡੀਓ ਪਾਉਂਗਾ ਕੱਲੀ ਕੱਲੀ ਵੈਰੈਟੀ ਬਾਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਹੜਾ ਏਰੀਆ ਤੁਸੀਂ ਕੀ ਰੇਟ ਲੱਗਿਆ ਸੀ ਇੱਕ ਮੈਂ ਨਾ ਪੀਬੀ 7 ਦੀਆਂ ਵੀਡੀਓ ਪਾਈਆਂ ਸੀ ਪਿਛਲੀ ਵਾਰੀ ਕਿਲਾਗਾ ਦਾ ਟ੍ਰੈਲ ਆਇਆ ਸੀ ਮੈਂ ਪਿਛਲੀ ਵਾਰੀ ਨਿਕਲਿਆ ਤਾਂ ਵਧੀਆ ਉਹ ਪਰ ਮੰਡੀ ਦੇ ਵਿੱਚ ਨਵੀਂ ਕਿਸਮ ਸੀ ਪਾ ਪੰਜਾਬੀ ਯੂਨੀਵਰਸਿਟੀ ਸੌਰੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਨੇ ਰეკਮੈਂਡ ਕੀਤਾ ਸੀਗਾ ਉਥੋਂ ਬੀ ਲਿਆ ਸੀ ਲੈਣ ਚ ਖੜ ਕੇ ਬਹੁਤ ਔਖਾ ਤੇ ਬਲਾਡੇ ਮੰਡੀ ਦੇ ਵਿੱਚ ਵਪਾਰੀਆਂ ਨੇ ਮੂੰਹ ਨਹੀਂ ਕਰਿਆ ਹਣਾ ਤਾਂ ਇਹੋ ਜਿਹੀਆਂ ਅਮਰੇਟੀਆਂ ਯੂਨੀਵਰਸਿਟੀ ਨੂੰ ਵੀ ਚਾਹੀਦੀਆਂ ਵੀ ਕੱਢ ਤਾਂ ਦਿੰਦੇ ਹੋ ਤੁਸੀਂ ਮੁੜ ਕੇ ਪਿੱਛੋਂ ਬੈਕਹੈਂਡ ਤੇ ਉਹਨੂੰ ਸਪੋਰਟ ਵੀ ਕਰਿਆ ਕਰੋ ਐ ਨਹੀਂ ਹੈਗਾ ਵੀ ਬੀ ਵੇਚਣ ਮਾਰੇ ਤੁਸੀਂ ਲੈਣਾ ਦੇ ਵਿੱਚ ਲਵਾ ਕੇ ਜੱਟਾਂ ਨੂੰ ਠੀਕ ਹੈ ਬੀ ਦੜਾ 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 ਵਕਾ ਦਿੰਦੇ ਹੋ ਮੁੜ ਕੇ ਪਿੱਛੋਂ ਕੋਈ ਗੱਲ ਗੋਲ ਦਾ ਨਹੀਂ ਹੈਨਾ ਤਾਂ ਮੈਂ ਤਾਂ ਇਹੀ ਕਹਿੰਦਾ ਵੀ ਜੱਦੀ ਤੇ ਸਰਦਾਰੀ ਕਿਸਮਾ ਲਾਓ 11 21 ਲਾ ਲਓ ਜੇ 11 21 ਦਾ ਨਹੀਂ ਪੇ ਤਾਂ 17 18 ਲਾ ਲਓ ਹਣਾ ਜੇ ਇਹ ਨਹੀਂ ਲਾਉਣੀ ਆ ਤਾਂ ਸ਼ੋਰਟ ਟਰਮ ਦੀਆਂ ਵੈਰਾਈਟੀਆਂ 1692 ਥੋੜੀ ਜਿਹੀ ਡਿਗ ਜਾਂਦੀ ਹੈ ਡਿਗਣ ਦੀ ਸਮੱਸਿਆ ਆ ਜਾਂਦੀ ਹੈ 1509 ਨਾਲੋਂ ਝਾੜ ਜ਼ਿਆਦਾ 1847 ਆ ਉਹ ਡਿਗਦੀ ਨਹੀਂ ਪਰ ਉਹਦਾ ਚੌਲ ਬਹੁਤ ਪਤਲਾ ਤੇ ਵਪਾਰੀ ਨੱਕ ਮਾਰ ਕੇ ਲੈ ਜਾਂਦੇ ਨੇ ਰੇਟ 2-300 ਰੁਪਇਆ ਘੱਟ ਲੈਂਦੇ ਨੇ ਠੀਕ ਹੈ ਸ਼ੈਲਰਾਂ ਵਾਲੇ ਮਨ ਕਰੇ ਐਦ ਕੀ ਤਾਂ ਫਿਰ ਨਾ ਜਾਤੀ ਨੇ ਪੁੱਛਣ 1847 ਦੀ ਪਿਛਲੀ ਵਾਰੀ ਬਹੁਤ ਖਫਾ ਕੀਤਾ ਇਹਨੇ ਹਣਾ ਤਾਂ ਤੁਸੀਂ 1699 ਜਿਹੜੀ ਲਾਉਣੀ ਆ ਆਪਦੀ ਕਿਲਾ ਦੋ ਕਿਲੇ ਲਾ ਕੇ ਟ੍ਰਾਇਲ ਹਣਾ ਜਿਹੜੇ ਜ਼ਿਆਦਾ ਲਾਉਂਦੇ ਨੇ ਜਿਹੜੇ ਪਹਿਲਾਂ ਹੀ ਲਾਉਂਦੇ ਨੇ ਸ਼ੁਰੂ ਤੋਂ ਬਾਸਮਤੀ ਸਾਡੇ ਵਾਂਗੂ ਉਹਨਾਂ ਨੂੰ ਪਤਾ ਸਾਰਾ ਕੁਝ ਹਣਾ ਉਹ ਮੇਰੇ ਤੇਰੇ ਮੈਂ ਦੱਸਣ ਤੇ ਕੋਈ ਐਡਾ ਵਿਸ਼ਵਾਸ ਵੀ ਨਹੀਂ ਕਰਦੇ ਉਹ ਜਿਵੇਂ ਆਪਦੀ ਬੀਜ ਦੇ ਨੇ ਤੋਂਵੇਂ ਬੀਜੀ ਜਾਂਦੇ ਨੇ ਨਵੇਂ ਭਰਾ ਜਿਹੜੇ ਲਾਉਣਗੇ ਉਹ ਰਿਸਕ ਜਾਂ ਠੇਕੇ ਤੇ ਲੈ ਕੇ ਜਿਹੜੇ ਲਾਉਂਦੇ ਨੇ ਕਿਉਂਕਿ ਫਸਲ ਜੇ ਇੱਕ ਮਰ ਜੇ ਨਾ ਥੂੱਚਾ ਕਰਾ ਦਿੰਦਾ ਬੰਦੇ ਦੀਆਂ ਹਣਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਝੋਨਾ ਕਿਹੜਾ ਲਾਓਗੇ ਬਾਸਮਤੀ ਕਿਹੜੀ ਲਾਓਗੇ ਕਮੈਂਟ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ ਜੀ